ਜਦੋਂ ਮੈਂ ਆ ਰਿਹਾ ਸੀਗਾ, ਜਿਹੜੀ ਇਹ ਰੋਡ ਹੈ, ਜਿਹੜੀ ਸਲਿਪ ਰੋਡ ਹੈ ਥੱਲੇ, ਤਾਂ ਤੁਹਾਡੇ ਤੋਂ ਵੀ ਜ਼ਿਆਦਾ ਖੁਸ਼ੀ ਜਿਹੜੀ ਹੈ ਉਹ ਤੁਹਾਡੇ ਰਿਸ਼ਤੇਦਾਰਾਂ ਅਤੇ ਤੁਹਾਡੇ ਮਾਪਿਆਂ ਦੇ ਮੂੰਹ 'ਤੇ ਦੇਖੀ ਹੈ ਮੈਂ। ਉੱਥੇ ਖੜ੍ਹੇ ਨੇ ਬਾਹਰ ਬਹੁਤ ਸਾਰੇ ਲੋਕ, ਅਤੇ ਜਿਸ ਤਰ੍ਹਾਂ ਕਿਹਾ ਗਿਆ ਮੰਚ ਤੋਂ ਕਿ ਨੌਕਰੀ ਉਹ ਵੀ ਸਰਕਾਰੀ ਮਿਲ ਜਾਣੀ, ਸਾਡੇ ਲਈ ਤਾਂ ਇੱਕ ਸੁਪਨਾ ਹੀ ਬਣ ਗਿਆ ਸੀ ਕਿ ਸਿਸਟਮ ਹੀ ਇੱਦਾਂ ਦਾ ਹੋ ਗਿਆ ਸੀਗਾ ਕਿ ਆਸਾਂ ਹੀ ਛੱਡਤੀਆਂ ਸੀ, ਉਮੀਦਾਂ ਹੀ ਛੱਡਤੀਆਂ ਸੀ, ਬਾਹਰਲੇ ਮੁਲਕਾਂ ਨੂੰ ਦੇਖਣ ਲੱਗ ਗਏ ਸੀ, ਚਲੋ ਉੱਧਰ ਚੱਲਦੇ ਹਾਂ ਯਾਰ, ਹੋਰ ਕੀ ਕਰ ਸਕਦੇ ਹਾਂ। ਫਿਰ ਹੁਣ ਕੋਈ ਸ਼ੌਕ ਨੂੰ ਜਾਵੇ ਮੈਨੂੰ ਖੁਸ਼ੀ ਹੁੰਦੀ ਹੈ, ਕੋਈ ਆਪਣੀ ਉਚੇਰੀ ਸਿੱਖਿਆ ਵਾਸਤੇ ਜਾਵੇ ਤਾਂ ਮੈਨੂੰ ਖੁਸ਼ੀ ਹੁੰਦੀ ਹੈ, ਕੋਈ ਡਿਗਰੀ ਲੈਣ ਮਾਸਟਰਸ ਕਰਨ ਜਾਵੇ ਤਾਂ ਖੁਸ਼ੀ ਹੁੰਦੀ ਹੈ, ਪਰ ਜੇ ਮਜਬੂਰੀ ਲੈ ਕੇ ਜਾਂਦੀ ਹੈ ਫਿਰ ਬਹੁਤ ਦੁੱਖ ਹੁੰਦਾ ਹੈ। ਫਿਰ ਇਹਦਾ ਮਤਲਬ ਸਿਸਟਮ ਦਾ ਕਸੂਰ ਹੈ। ਕਿ ਮੈਂ ਆਪਣੀਆਂ ਸੀਡੀਆਂ 'ਚ, ਆਪਣੀਆਂ ਸੀਰੀਅਲਾਂ 'ਚ ਵੀ ਪਹਿਲਾਂ ਗੱਲਾਂ ਕਹਿੰਦਾ ਰਿਹਾ ਇਹ ਗੱਲ। ਸੋ ਜਿਸ ਤਰ੍ਹਾਂ ਦੱਸਿਆ ਕਿ ਕਿਸੇ ਨੇ ਆਈਲੈਟਸ ਕਰ ਰੱਖੀ ਸੀ, ਕੋਈ ਬਾਹਰੋਂ ਆਇਆ, ਕੋਈ ਬਾਹਰੋਂ ਆਇਆਂ ਨੂੰ ਪੜ੍ਹਾ ਰਹੇ ਹੈ, ਮਤਲਬ ਇਹ ਕਮਾਲ ਦੀਆਂ ਕਹਾਣੀਆਂ ਨੇ ਜਿਹੜੀਆਂ ਕਦੇ ਕਿਸੇ ਨੇ ਸੁਣੀਆਂ ਹੀ ਨਹੀਂ, ਕਦੇ ਨੇੜੇ ਹੋ ਕੇ ਕਦੇ ਸੁਣੀ ਹੋਈ ਨਹੀਂ। ਮਹਿਲਾਂ ਵਾਲੇ ਆਉਂਦੇ ਰਹੇ, ਜਿੱਤਦੇ ਰਹੇ, ਲੋਕ ਜਿਤਾਉਂਦੇ ਰਹੇ, ਉਹ ਫਿਰ ਆਪਦੇ ਘਰ ਦੇ ਕੁੰਡੇ ਅੰਦਰੋਂ ਲਾਉਂਦੇ ਰਹੇ, ਲੋਕ ਉਹਨਾਂ ਦੇ ਘਰਾਂ ਮੂਹਰੋਂ ਵਾਪਸ ਆਉਂਦੇ ਰਹੇ। ਹੁਣ ਪਹਿਲੀ ਵਾਰ ਹੋਇਆ ਕਿ ਆਮ ਘਰਾਂ ਦੇ ਧੀਆਂ ਪੁੱਤ ਆਏ ਨੇ, ਉਹਨਾਂ ਨੇ ਕੁੰਡੇ ਖੋਲ੍ਹ ਰੱਖੇ ਹੈ ਵੀ ਆ ਜਾਓ, ਮਿਲ ਲਓ, ਦੱਸੋ ਗੱਲ ਕੀ ਹੈ, ਕੀ ਚਾਹੀਦਾ, ਕਿਵੇਂ ਕਰੀਏ, ਦੱਸੋ ਸਿਸਟਮ ਨੂੰ ਕਿਵੇਂ ਠੀਕ ਕਰੀਏ। ਸੋ ਬੜੇ ਦੇਰ ਬਾਅਦ ਇਹ ਅੱਜ ਬੜਾ ਟੱਚਿੰਗ ਕਹਾਣੀਆਂ ਤੁਸੀਂ ਦੱਸੀਆਂ। ਮੇਰੇ ਖਿਆਲ 'ਚ ਹਰੇਕ ਬੰਦੇ ਕੋਲ ਕਹਾਣੀਆਂ, ਪਰ ਆਪਾਂ 4-5 ਹੀ ਸੁਣੀਆਂ ਨੇ, ਲਗਭਗ ਇਹੀ ਨੇ ਕਿ ਤਿਆਰੀ ਕਰ ਲਈ ਸੀਗੀ ਜੀ ਬਾਹਰ ਜਾਣ ਦੀ, ਪਰ ਇੱਕ ਚਿੱਠੀ ਆ ਗਈ ਅਤੇ ਉਹਨੇ ਰੋਕਤੇ। ਮੈਂ ਇੱਕ ਵਾਰੀ 2 ਕੁ ਮਹੀਨੇ ਪਹਿਲਾਂ ਦੀ ਗੱਲ ਹੈ, ਮੈਂ ਦਿੱਲੀ ਜਾ ਰਿਹਾ ਸੀਗਾ ਇੱਥੋਂ ਚੰਡੀਗੜ੍ਹੋਂ ਫਲਾਈਟ ਲੈ ਕੇ, ਤਾਂ ਇੱਕ ਕੁੜੀ, ਉਹਦੀ ਮਾਂ ਵੀ ਨਾਲ ਸੀ, ਉਹਦੀ 70 ਸਾਲ ਦੀ ਦਾਦੀ ਵੀ ਨਾਲ ਸੀ, ਅਤੇ ਉਹਦਾ ਭਰਾ ਵੀ ਸੀਗਾ ਅਤੇ ਉਹਦੀ ਭਾਬੀ ਵੀ ਸੀ। ਉਹ 4-5 ਸੀਟਾਂ ਉਹਨਾਂ ਦੀਆਂ ਇਕੱਠੀਆਂ ਸੀ, ਮੇਰੀ ਵੀ ਸੀਟ ਉੱਥੇ ਆ ਗਈ। ਤਾਂ ਉਹ ਕੁੜੀ ਮੈਨੂੰ ਕਹਿੰਦੀ ਜੀ, ਅੱਜ ਜਿਹੜਾ ਮੇਰਾ ਦਿਨ ਹੈ ਬਹੁਤ ਵਧੀਆ ਬਣ ਗਿਆ ਜੀ, ਡਬਲ ਖੁਸ਼ੀ ਹੋ ਗਈ। ਮੈਂ ਕਿਹਾ ਕਿਹੜੀ ਗੱਲ? ਉਹ ਕਹਿੰਦੀ ਜੀ, ਤੁਸੀਂ ਮੈਨੂੰ ਪਟਵਾਰੀ ਦੀ ਨੌਕਰੀ ਦਿੱਤੀ ਹੈ ਅਤੇ ਇੱਧਰ ਨੂਰਪੁਰ ਬੇਦੀ ਵੱਲ ਦੀ ਹੋਈ ਸੀ ਕੁੜੀ, ਰੋਪੜ ਜ਼ਿਲ੍ਹੇ 'ਚ। ਕਹਿੰਦੀ ਵੀ ਮੈਂ ਆਪਣੇ ਘਰਦਿਆਂ ਨਾਲ ਇਹ ਵਾਅਦਾ ਕੀਤਾ ਹੋਇਆ ਸੀ ਬਹੁਤ ਚਿਰ ਪਹਿਲਾਂ, ਵੀ ਜਿਹਦੀ ਮੈਨੂੰ ਪਹਿਲੀ ਸਰਕਾਰੀ ਤਨਖਾਹ ਮਿਲੀ, ਮੈਂ ਉਹ ਤਨਖਾਹ 'ਚੋਂ ਪੈਸੇ ਖਰਚ ਕੇ ਆਪਣੇ ਦਾਦੀ ਨੂੰ, ਆਪਣੇ ਭਰਾ ਨੂੰ, ਆਪਣੇ ਮਾਂ ਨੂੰ ਜਹਾਜ਼ ਦਾ ਝੂਟਾ ਦਵਾਉਂਗੀ। ਮਤਲਬ ਕਿੱਡੀ ਵੱਡੀ ਗੱਲ ਹੋ ਜਾਂਦੀ ਹੈ। ਉਹ ਕਹਿੰਦੀ ਮੈਂ ਅੱਜ ਦਿੱਲੀ ਲੈ ਕੇ ਚੱਲੀ ਹਾਂ ਇਹਨਾਂ ਨੂੰ, ਬੰਗਲਾ ਸਾਹਿਬ, ਗੁਰਦੁਆਰਾ ਸਾਹਿਬ ਅਸੀਂ ਮੱਥਾ ਟੇਕਾਂਗੇ। ਅਤੇ ਮੈਂ ਕਿਹਾ ਵੀ ਚਲੋ। ਕਹਿੰਦੀ ਪਹਿਲੀ ਤਨਖਾਹ ਮਿਲੀ ਹੈ ਸਾਨੂੰ, ਅਤੇ ਇਸ ਤੋਂ ਪਹਿਲਾਂ ਜਿਹੜੀ ਆਪਾਂ ਪਟਵਾਰੀ ਰੱਖੇ ਸੀ ਉਹਨਾਂ ਦੀ ਟ੍ਰੇਨਿੰਗ ਖਤਮ ਹੋ ਗਈ ਨਾ, ਤਨਖਾਹ ਆਪਾਂ ਟ੍ਰੇਨਿੰਗ ਦੀ ਵੀ ਤਨਖਾਹ ਦੇਣ ਲੱਗ ਗਏ ਹੁਣ, ਤਾਂ ਟ੍ਰੇਨਿੰਗ ਦੀ ਵੀ ਤਨਖਾਹ ਦਿੰਦੇ ਹਾਂ ਕਿ ਜਿਸ ਦਿਨ ਤੁਸੀਂ ਟ੍ਰੇਨਿੰਗ ਸ਼ੁਰੂ ਕਰਤੀ ਉਹ ਦਿਨ ਤੁਸੀਂ ਸਮਝ ਲਓ ਜੋਬ ਸ਼ੁਰੂ ਹੋ ਗਈ। ਸੋ ਕਹਿੰਦੀ ਸਰ ਮੈਨੂੰ ਪਹਿਲੀ ਤਨਖਾਹ ਸਰਕਾਰੀ ਮਿਲੀ ਹੈ ਅਤੇ ਮੈਂ ਅੱਜ, ਇਹ ਕਿੱਡੀ ਵੱਡੀ ਗੱਲ ਹੈ ਜੀ, ਕਿਸੇ ਘਰ ਲਈ ਇੱਕ ਖੁਸ਼ੀ ਦੀ ਗੱਲ ਹੈ।
ਉਹਦੇ ਮਾਂ ਪਿਓ ਜਿਹੜੇ ਨੇ ਉਹ ਸਾਰੀ ਉਮਰ ਯਾਦ ਰੱਖਣਾ ਵੀ ਅਸੀਂ ਜਹਾਜ਼ 'ਤੇ ਚੜ੍ਹੇ ਸੀ। ਸਾਡੇ ਲਈ ਤਾਂ ਸੁਪਨੇ ਨੇ ਇਹ, ਕਾਗਜ਼ ਕੁਗਜ਼ ਤਾਂ ਉਡਾਉਂਦੇ ਰਹੇ ਆਪਾਂ ਜਹਾਜ਼, ਬਾਕੀ ਜਹਾਜ਼ ਆਪਾਂ ਨੂੰ ਕਿੱਥੇ ਮਿਲੇ ਨੇ? ਸੋ ਇਸ ਕਰਕੇ ਆਮ ਘਰਾਂ 'ਚ ਖੁਸ਼ੀਆਂ ਆਉਣੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਜਦੋਂ ਵੀ ਕੋਈ ਰੈਵੋਲਿਊਸ਼ਨ ਆਇਆ, ਕੋਈ ਕ੍ਰਾਂਤੀ ਵੀ ਆਈ ਆ, ਆਮ ਘਰਾਂ ਦੇ ਧੀਆਂ ਪੁੱਤਾਂ ਨੇ ਲਿਆਂਦੀਆਂ ਨੇ ਉਹ। ਆਮ ਘਰਾਂ ਦੇ ਜਦੋਂ ਉੱਠਦੇ ਆ ਫਿਰ ਆਮ ਘਰਾਂ ਦੇ ਹੁੰਦੇ ਆ ਉਹ। ਸੋ ਇਸ ਕਰਕੇ ਜੇ ਤੁਹਾਨੂੰ ਤੁਹਾਡੀ ਡਿਗਰੀ ਮੁਤਾਬਕ ਇੱਥੇ ਕੰਮ ਮਿਲ ਜੇ, ਕੌਣ ਜਾਊਗਾ ਬਾਹਰ? ਕਿਉਂ ਜਾਵਾਂਗੇ ਬਾਹਰ? ਹਾਂ, ਘੁੰਮਣ ਜ਼ਰੂਰ ਜਾ ਸਕਦੇ ਹਾਂ, ਮੁੜਿਓ 15 ਦਿਨਾਂ ਬਾਅਦ, ਮਹੀਨੇ ਬਾਅਦ, ਪਰ ਉੱਥੇ ਦੇਖ ਲਓ ਹਾਲਾਤ, ਦੇਖ ਲਓ, ਤੁਸੀਂ ਪੁੱਛ ਲਿਓ, ਤੁਹਾਡੇ ਸਾਥੀ ਗਏ ਹੋਣਗੇ, ਉੱਥੇ ਹਾਲਾਤ ਖਰਾਬ ਹੋਏ ਪਏ ਨੇ, ਦੰਗੇ ਹੋਈ ਜਾਂਦੇ ਉੱਥੇ, ਇਮੀਗ੍ਰੈਂਟ ਦੇ ਖਿਲਾਫ ਦੰਗੇ ਚੱਲ ਰਹੇ ਇਸ ਵਕਤ ਇੰਗਲੈਂਡ 'ਚ, ਹਰ ਸ਼ਹਿਰ 'ਚ। ਆਪਾਂ ਆਪਦਾ ਮੁਲਕ ਠੀਕ ਕਰੀਏ, ਕਿਉਂ ਜਾ ਕੇ ਉੱਥੇ ਉਹਨਾਂ ਨਾਲ ਲੜੀ ਜਾਂਦੇ ਆਪਾਂ? ਆਪਣਾ ਮੁਲਕ ਤਾਂ ਠੀਕ ਹੋਊਗਾ ਜੇ ਮੂਹਰੇ ਆਪਾਂ ਬੰਦੇ ਇਹੋ ਜਿਹੇ ਲੈ ਕੇ ਆਵਾਂਗੇ, ਕਾਨੂੰਨ ਮੇਕ ਲਾਅ ਮੇਕਰ ਜਿਹੜੇ ਨੇ ਉਹ, ਜਿਹੜੇ ਆਪਣੇ ਆਪਣੇ ਵਿੱਚੋਂ ਹੋਣਗੇ, ਜਿਹੜੇ ਆਪਣੇ ਦੁੱਖਾਂ ਨੂੰ ਜਾਣਦੇ ਨੇ। ਹੁਣ ਜਿਹੜਿਆਂ ਨੂੰ, ਜਿਨ੍ਹਾਂ ਦੀ ਗਿਣਤੀ 100 ਤੋਂ ਬਾਅਦ ਸ਼ੁਰੂ ਹੁੰਦੀ ਹੈ, ਉਹਨਾਂ ਨੂੰ ਕੀ ਪਤਾ ਥੱਲੇ 33 ਵੀ ਹੁੰਦਾ, ਥੱਲੇ 54 ਵੀ ਹੈਗਾ, ਜਿਹਨਾਂ ਨੂੰ 79 ਤੇ 80 ਦਾ ਨਹੀਂ ਪਤਾ ਵੀ ਕੀ ਫਰਕ ਹੈ, ਅਤੇ ਉਹਨਾਂ ਤੋਂ ਆਪਾਂ ਕੀ ਉਮੀਦ ਕਰ ਲਾਂਗੇ? ਉਹ ਇੱਕ ਦਿਨ ਮੈਂ ਸੁਣ ਰਿਹਾ ਸੀ TV 'ਤੇ, ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਬੇਟੀ ਲਾਂਚ ਹੋ ਰਹੀ ਹੈ ਰਾਜਨੀਤੀ 'ਚ, ਲਾਂਚ ਹੁੰਦੇ ਇਹ, ਲਾਂਚ ਜਿਵੇਂ ਰੋਕਟ ਨਹੀਂ ਲਾਂਚ ਹੁੰਦੇ, ਲਾਂਚ ਕਰ ਰਹੇ ਹਾਂ ਚੰਦਰਯਾਨ, ਲਾਂਚ ਕਰ ਰਹੇ ਹਾਂ, ਇਹ ਲਾਂਚ ਹੁੰਦੇ ਆ ਇੱਦਾਂ ਰਾਜਨੀਤੀ 'ਚ, ਵੀ ਇਹਨੂੰ ਲਾਉਣ ਲੱਗੇ ਹਾਂ ਜੀ ਅੱਜ ਇਹਨੂੰ ਰਾਜਨੀਤੀ 'ਚ ਵੀ। ਇਹ ਉਹਨੇ ਮੈਂ ਚਲੋ ਸੁਣ ਲੈਂਦੇ ਹਾਂ ਭਾਸ਼ਣ ਦਿਓ, ਕਿਉਂਕਿ ਮੈਨੂੰ ਪਤਾ ਸਾਹਮਣਾ ਤਾਂ ਮੇਰੇ ਨਾਲ ਹੀ ਪੰਗਾ ਤਾਂ ਮੇਰੇ ਨਾਲ ਹੀ ਪੈਣਾ ਹੈ, ਮੂਹਰੋਂ ਸੁਣ ਲੈਂਦੇ ਹਾਂ। ਮੈਂ ਕਿਹਾ ਪਹਿਲੀਆਂ 4 ਲਾਈਨਾਂ 'ਚ ਹੀ ਮੈਂ ਕਿਹਾ ਲੈ ਇਹਦਾ ਗਿਆ ਕੰਮ। ਉਹਨੇ ਕਹਿਣਾ ਸੀ ਕਿ ਮੇਰੇ ਪਿਤਾ ਜੀ ਨੇ ਪਟਿਆਲੇ ਦੀ ਵਿਕਾਸ 'ਤੇ 144 ਕਰੋੜ ਰੁਪਈਏ ਖਰਚੇ। ਉਹਨੇ ਕੀ ਕਿਹਾ? ਮੇਰੇ ਫਾਦਰ ਨੇ ਪਟਿਆਲੇ ਦੇ ਵਿਕਾਸ 'ਤੇ 144 ਕਰੋੜ ਰੁਪਈਏ ਖਰਚੇ। ਮੈਨੂੰ ਪਤਾ ਲੱਗ ਗਿਆ ਇਹਨੂੰ 100 ਤਾਂ ਕਹਿਣਾ ਆਉਂਦਾ, ਇਹਨੂੰ 44 ਨਹੀਂ ਕਹਿਣਾ ਆਉਂਦਾ। ਮੈਂ ਕਿਹਾ ਬਸ ਸਰ ਗਿਆ, ਬਸ ਫਿਰ ਆਹ ਤਾਂ ਹੈ, ਹੁਣ ਕੀ ਕਰੀਏ? ਇਹ 144 ਕਰੋੜ ਵਾਲੇ ਨੇ, ਕੀ ਉਮੀਦ ਕਰ ਲਉਂਗੇ ਉਹਨਾਂ ਤੋਂ? ਕੋਈ ਨੌਕਰੀਆਂ ਨਹੀਂ ਕੱਢੀਆਂ, ਆਹ ਹੁਣ ਕਿਵੇਂ ਦੇਈ ਜਾਂਦੇ ਹਾਂ ਜੀ ਨੌਕਰੀਆਂ? ਉਹੀ ਉਹੀ ਖਜ਼ਾਨਾ ਹੈ, ਉਹੀ ਸੈਕਟਰੀਏਟ ਹੈ, ਉਹੀ ਅਫਸਰ ਨੇ, ਹੁਣ ਕਿਵੇਂ ਹੋ ਜਾਂਦਾ? ਅੱਜ ਤੁਹਾਡੇ ਵਾਲੇ 417 ਪਾ ਕੇ 44,666, ਯਾਨੀ ਕਿ 2 ਚੌਕੇ 3 ਛੀਕੇ, 44,666 ਨੌਕਰੀਆਂ ਅੱਜ ਹੋ ਗਈਆਂ, ਅੱਜ ਮਿਲਾ ਕੇ। ਔਰ ਅਸੀਂ ਹਰ ਰੋਜ਼ ਕਰਦੇ ਹਾਂ, ਹੁਣੇ ਅਜੇ 3 ਦਿਨ ਪਹਿਲਾਂ 300 ਤੋਂ ਕੁਛ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਦੇ ਕੇ ਆਇਆ, ਹਜੇ ਹੋਰ ਬਹੁਤ ਕਰਨੇ ਨੇ। ਅੱਛਾ, ਇਹ ਕਿਉਂ ਅਸੀਂ ਬੂੰਦ ਬੂੰਦ ਨਾਲ ਸਮੁੰਦਰ ਭਰਦਾ? ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ, ਕੋਈ PIL ਵਗੈਰਾ ਨਾ ਹੋਵੇ, ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਅਸੀਂ ਕਹਿੰਦੇ ਹਾਂ ਰੱਖ ਲਓ ਫੰਕਸ਼ਨ। ਅਸੀਂ ਨਹੀਂ ਚਾਹੁੰਦੇ
ਭਾਵੇਂ 400 ਬੰਦੇ ਰੱਖੋ 300 ਰੱਖੋ, ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜਾਵੇ, ਇਸ ਕਰਕੇ ਕਿ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਜੀ। ਪਹਿਲਾਂ 5ਵੇਂ ਸਾਲ ਕੱਢਦੇ ਸੀਗੇ ਜੀ, ਉਹ 'ਚ ਵੀ ਫਿਰ ਆਪਦੇ ਰੱਖਦੇ ਸੀ ਸਾਰੇ। ਸੋ ਇਸ ਕਰਕੇ ਹਜੇ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ। ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਿਫਾਰਿਸ਼ ਤੋਂ ਭੇਜ ਰਹੇ ਹਾਂ, ਵੱਖ ਵੱਖ ਕੁਰਸੀਆਂ 'ਤੇ ਬਿਠਾ ਰਹੇ ਹਾਂ, ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ੍ਹ ਨੂੰ, ਤਾਂ ਤੁਸੀਂ ਵੀ ਇਹੀ ਸੇਵਾ ਦਿਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ, ਤੁਸੀਂ ਵੀ ਬਿਨਾਂ ਪੈਸੇ ਤੋਂ ਅਤੇ ਬਿਨਾਂ ਸਿਫਾਰਿਸ਼ ਤੋਂ ਕਿਸੇ ਨੂੰ ਖੁਸ਼ ਕਰਕੇ ਭੇਜ ਦੋਗੇ, ਉਹਦਾ ਦੁਨੀਆਂ 'ਚ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ। ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ, ਉਹਦਾ ਦੁਨੀਆਂ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ। ਸੋ ਆਪਣੀ ਅਹਿਮੀਅਤ ਵੀ ਬਣਾਉਣੀ ਹੈ ਦਫ਼ਤਰ 'ਚ ਵੀ ਹਾਂ ਅਸੀਂ ਹੈਗੇ ਹਾਂ, ਆਪਣੀ ਕੁਰਸੀ ਦੀ ਅਹਿਮੀਅਤ ਬਣਾਉਣੀ ਹੈ। ਐਲਨ ਮਸਕ ਦੁਨੀਆ ਸਭ ਤੋਂ ਅਮੀਰ ਬੰਦਾ ਹੈ, ਟਵਿੱਟਰ ਦਾ ਮਾਲਕ ਹੈ, ਟੈਸਲਾ ਕੰਪਨੀ ਹੈ ਉਹਦੀ, ਦੁਨੀਆ ਸਭ ਤੋਂ ਅਮੀਰ ਬੰਦਾ ਹੈ। ਉਹਦੇ ਦਫ਼ਤਰ 'ਚ ਇੱਕ ਗੋਰੀ ਕੰਮ ਕਰਦੀ ਸੀ, ਹਜ਼ਾਰਾਂ ਬੰਦੇ ਕਰਦੇ, ਉਹ ਵੀ ਕਰਦੀ ਸੀ। ਉਹਨੇ ਉਹ ਰਿਜ਼ਾਈਨ ਦੇਣ ਆ ਗਈ, ਕਹਿੰਦੀ ਮੈਂ ਰਿਜ਼ਾਈਨ ਦੇਣਾ ਜੀ, ਅਸਤੀਫਾ ਦੇਣਾ ਨੌਕਰੀ ਤੋਂ। ਉਹ ਕਹਿੰਦਾ ਅੱਛਾ ਅਸਤੀਫਾ ਦੇਣਾ, ਕਹਿੰਦਾ ਕੋਈ ਗੱਲ ਨਹੀਂ ਅਸਤੀਫਾ ਫੜਾ ਦੇ, ਆ ਚੱਕ ਕੇ $1,00,000 ਵਰਲਡ ਟੂਰ 'ਤੇ ਜਾਇਆ, ਮਹੀਨਾ ਡੇਢ ਮਹੀਨਾ ਵਰਲਡ ਟੂਰ 'ਤੇ ਜਾਇਆ, ਉਹਤੋਂ ਬਾਅਦ ਤੇਰੇ ਅਸਤੀਫੇ 'ਤੇ ਆਪਾਂ ਡਿਸਾਈਡ ਕਰ ਲਾਂਗੇ। ਉਹਨੇ ਆਖਿਆ ਆਹ ਵਧੀਆ ਕੰਮ ਹੈ, ਨਾਲੇ ਮੇਰਾ ਅਸਤੀਫਾ ਹੋ ਗਿਆ, ਨਾਲੇ ਮੈਨੂੰ $1,00,000 ਮਿਲ ਗਿਆ, ਮੈਂ ਤਾਂ ਵਰਲਡ ਟੂਰ 'ਤੇ ਜਾਊਂ। ਵਰਲਡ ਟੂਰ 'ਤੇ ਚਲੀ ਗਈ, ਮਹੀਨੇ ਡੇਢ ਸਵਾ ਮਹੀਨੇ ਬਾਅਦ ਆਈ ਵਾਪਸ ਪੂਰੀ ਦੁਨੀਆ ਘੁੰਮ ਕੇ, ਕਹਿੰਦੀ ਜੀ ਮੈਂ ਆ ਗਈ, ਮੇਰਾ ਅਸਤੀਫਾ। ਕਹਿੰਦਾ ਆਪ ਅਸਤੀਫਾ ਤੇਰਾ ਮਨਜ਼ੂਰ ਕਰ, ਥੈਂਕ ਯੂ ਵੈਰੀ ਮੱਚ। ਉਹ ਕਹਿੰਦੀ ਜੀ ਆਹੀ ਕੁਛ ਕਰਨਾ ਸੀ, ਉਸੇ ਦਿਨ ਹੀ ਕਰ ਲੈਂਦੇ ਜੀ, ਮੈਨੂੰ $1,00,000 ਦੇ ਕੇ ਪੂਰੀ ਦੁਨੀਆ 'ਚ ਭੇਜ ਕੇ, ਤੁਹਾਨੂੰ ਕੀ ਕਿਵੇਂ ਕੀ ਹੋ ਗਿਆ, ਇਹ ਕਿਹਾ ਜਿਹਾ ਫੈਸਲਾ। ਫੈਸਲਾ ਹੁਣ ਦੇਖੋ ਸੀ ਉਸ ਬੰਦੇ ਦਾ, ਫਿਰ ਕੁਛ ਨਾ ਕੁਛ ਤਾਂ ਅਲੱਗ ਹੁੰਦਾ ਨਾ ਜਿਹੜੇ ਦੁਨੀਆ 'ਚ ਕੁਛ ਕਰਦੇ ਆ। ਉਹ ਕਹਿੰਦਾ ਜਿਸ ਵੇਲੇ ਤੂੰ ਅਸਤੀਫਾ ਦੇਣ ਆਈ ਸੀ ਨਾ, ਉਦੋਂ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੇ ਦਫ਼ਤਰ 'ਚ ਤੇਰੀ ਕਿੰਨੀ ਕੁ ਅਹਿਮੀਅਤ ਹੈ, ਕਿੰਨੀ ਕੁ ਇੰਪੋਰਟੈਂਸ ਹੈ। ਕਹਿੰਦਾ ਜਦੋਂ ਤੂੰ ਚਲੀ ਗਈ, ਜੇ ਤਾਂ 3-4 ਦਿਨਾਂ 'ਚ ਖਲਬਲੀ ਮੱਚ ਜਾਂਦੀ ਭਾਈ, ਉਹ ਆਈ ਨਹੀਂ ਹੈਗੀ, ਉਹਦੇ ਬਿਨਾਂ ਕੰਮ ਰੁਕਿਆ ਪਿਆ, ਫਿਰ ਤਾਂ ਮੈਂ ਤੈਨੂੰ ਉਹਦੀ ਬੁਲਾ ਲੈਂਦਾ। ਕਹਿੰਦਾ ਮਹੀਨਾ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਵੀ ਆਈ ਹੈ ਜਾਂ ਨਹੀਂ ਆਈ, ਕਹਿੰਦਾ ਜਾ ਤੂੰ। ਸੋ ਉੱਥੇ ਆਪਣੀ ਅਹਿਮੀਅਤ ਬਣਾਉਣੀ ਹੈ, ਜਿੱਥੇ ਬਹਿਣਾ ਤੁਹਾਡੇ ਬਿਨਾਂ ਸਰੇ ਨਾ ਫਿਰ ਦਫ਼ਤਰ 'ਚ, ਵੀ ਅੱਜ ਆਇਆ ਨਹੀਂ ਉਹਦੇ ਬਿਨਾਂ ਯਾਰ ਖਾਲੀ ਖਾਲੀ ਜਿਹਾ ਲੱਗੀ ਜਾਂਦਾ। ਇੰਨਾ ਕੁ ਜ਼ਿੰਮੇਦਾਰੀ ਨਾਲ ਕੰਮ ਕਰਨਾ, ਇਹ ਮਿਹਨਤ ਤੁਹਾਨੂੰ ਬੇਨਤੀ। ਨੰਬਰ 2, ਮੈਂ ਹਰੇਕ ਸਮੇਂ ਕਹਿਣਾ, ਇੱਕ ਤਾਂ ਆ ਵੀ ਗਈ ਐਪਲੀਕੇਸ਼ਨ ਪਹਿਲਾਂ, ਪਰ ਹੁਣ ਪਹਿਲਾਂ ਨੌਕਰੀਆਂ ਜੁਆਇਨ ਕਰ ਲਿਓ, ਬਦਲੀ ਵਾਲੀਆਂ ਅਰਜ਼ੀਆਂ ਥੋੜ੍ਹੇ ਚਿਰ ਬਾਅਦ 'ਚ ਲੈ ਆਇਓ। ਪ੍ਰਧਾਨ ਨੇ ਤਾਂ ਕਹਿਤਾ, ਪ੍ਰਧਾਨ ਨੇ ਤਾਂ ਕਹਿਤਾ, ਕਹਿੰਦੇ ਮੇਰੇ ਤਾਂ ਕਰੋ ਕੰਮ, ਠੀਕ ਹੈ ਨਾ। ਸੋ ਥੋੜ੍ਹਾ ਜਿਹਾ ਨਾ ਪਹਿਲਾਂ ਸਿਸਟਮ 'ਚ ਤਾਂ ਵੜ ਜਾਓ, ਅਸੀਂ ਕੋਸ਼ਿਸ਼ ਇਹ ਕਰਾਂਗੇ ਤੁਹਾਡੀਆਂ ਡਿਊਟੀਆਂ ਘਰਾਂ ਦੇ ਨੇੜੇ ਤੇੜੇ ਰਹਿਣ। ਹੁਣ ਜਮਾਂ ਹੀ ਘਰੇ ਤਾਂ ਹੋ ਨਹੀਂ ਸਕਦਾ ਨਾ, ਫਿਰ ਥੋੜ੍ਹਾ ਜਿਹਾ ਤਾਂ ਦੂਰ ਇੱਧਰ ਉੱਧਰ ਜਾਣਾ ਪੈਂਦਾ ਹੀ ਹੈ। ਇਹ ਵੀ ਦੇਖ ਲਿਓ ਕਿ ਦੁਨੀਆ ਜਿੰਨੇ ਬੰਦਿਆਂ ਨੇ ਤਰੱਕੀਆਂ ਕੀਤੀਆਂ ਨੇ, ਜੱਦੀ ਘਰਾਂ 'ਚ ਨਹੀਂ ਰਹਿੰਦੇ, ਉਹ ਜੱਦੀ ਘਰ ਛੱਡਣੇ ਪੈਂਦੇ ਆ ਤਰੱਕੀਆਂ ਕਰਨ ਵਾਸਤੇ। ਤੁਸੀਂ ਦੇਖ ਲਓ ਜਿੰਨੇ ਬੰਦੇ ਕਾਮਯਾਬ ਨੇ, ਆਪਦਾ ਜੱਦੀ ਘਰ ਛੱਡਿਆ ਹੋਇਆ ਉਹਨਾਂ ਨੇ, ਜੱਦੀ ਘਰ ਕਿਤੇ ਹੋਰ ਸੀ, ਰਹਿੰਦੇ ਕਿਤੇ ਹੋਰ ਨੇ। ਚਾਹੇ ਉਹ ਮਨਮੋਹਨ ਸਿੰਘ ਜੀ ਨੇ, ਜੱਦੀ ਘਰ ਤਾਂ ਅੰਮ੍ਰਿਤਸਰ ਸੀਗਾ, ਚਾਹੇ ਉਹ
ਅਮਿਤਾਭ ਬੱਚਨ ਜਦਿਗਰ ਤਾਂ ਇਲਾਹਾਬਾਦ ਸੀਗਾ, ਹਾਂ ਉਹਦਾ ਜਦਿਗਰ ਇਲਾਹਾਬਾਦ ਸੀ, ਉਹ ਮੁੰਬਈ ਜਾ ਕੇ ਕਾਮਯਾਬ ਹੋ ਗਿਆ। ਅਭਿਸ਼ੇਕ ਬੱਚਨ ਅਭੀ ਜਦਿਗਰ 'ਚ ਰਹਿੰਦਾ, ਬਸ ਫਿਰ ਤੁਹਾਨੂੰ ਪਤਾ ਹੀ ਹੈ, ਫਿਰ ਉਹਨੂੰ ਵੀ ਛੱਡਣਾ ਪਊਗਾ ਘਰ, ਆਪਦਾ ਅੱਡ ਰਹਿਣਾ ਪਊ ਕਿਤੇ ਪਹਿਲਾਂ। ਜਦਿਗਰ 'ਚ ਤੁਹਾਨੂੰ ਸੇਫਟੀ ਹੋ ਜਾਂਦੀ ਹੈ ਨਾ, ਤੁਹਾਡੇ 'ਤੇ ਕੋਈ ਤਲਵਾਰ ਨਹੀਂ ਲਟਕਦੀ ਵੀ ਹੈਗੇ ਹਾਂ ਠੀਕ ਹੈ ਇੱਥੇ ਸਾਰਾ ਕੁਝ ਠੀਕ ਹੈ ਵਧੀਆ। ਫਿਰ ਤੁਸੀਂ ਐਫਰਟ ਨਹੀਂ ਕਰਦੇ, ਐਫਰਟ ਤਾਂ ਕਰਾਂਗੇ ਜੇ ਕੋਈ ਤਲਵਾਰ ਲਟਕੂਗੀ ਕਿਸੇ ਨਾ ਕਿਸੇ। ਉਹ ਜਿਵੇਂ ਕਹਿੰਦੇ ਲੋੜ ਕਾਢ ਦੀ ਮਾਂ ਹੈ, ਜਦੋਂ ਕੋਈ ਜ਼ਰੂਰਤ ਹੋਊ ਉਦੋਂ ਫਿਰ ਕੁਛ ਨਾ ਕੁਛ ਨਿਕਲੂਗਾ ਉਹ 'ਚੋਂ। ਫਿਰ ਆਪਾਂ ਐਫਰਟ ਕਰਾਂਗੇ, ਐਫਰਟ ਕਰਾਂਗੇ ਤਾਂ ਫਿਰ ਉਹਦੇ ਨਾਲ ਜੋ ਮਰਜ਼ੀ ਅਚੀਵ ਕਰ ਲਓ। ਗਲਤੀਆਂ ਵੀ ਹੋਣਗੀਆਂ, ਜਿਹਨੇ ਕੋਈ ਕਿਹਾ ਜਾਂਦਾ ਕਿ ਜਿਹਨੇ ਕੋਈ ਗਲਤੀ ਨਹੀਂ ਕੀਤੀ, ਇਹਦਾ ਮਤਲਬ ਫਿਰ ਉਹਨੇ ਕੋਈ ਕੰਮ ਵੀ ਨਹੀਂ ਕੀਤਾ। ਕੰਮ ਦੌਰਾਨ ਗਲਤੀਆਂ ਹੁੰਦੀਆਂ ਨੇ, ਹਰੇਕ ਤੋਂ ਹੁੰਦੀਆਂ ਨੇ, ਵੱਡੇ ਵੱਡੇ ਤੋਂ ਹੋ ਜਾਂਦੀਆਂ ਨੇ, ਗਲਤੀ ਹੋ ਜਾਂਦੀ ਹੈ, ਪਰ ਉਹ ਗਲਤੀ ਤੋਂ ਸਿੱਖ ਕੇ ਅੱਗੇ। ਸੋ ਮੈਂ ਤਾਂ ਇਹੀ ਐਗਜ਼ਾਮਪਲ ਦਿੰਦਾ ਉਹਨਾਂ ਸਾਰਿਆਂ ਨੂੰ ਕਿ ਦੁਨੀਆ ਭਰ ਦੇ ਕਾਮਯਾਬ ਲੋਕਾਂ ਦੀਆਂ ਡਾਕੂਮੈਂਟਰੀਆਂ ਪੜ੍ਹੋ, ਸੁਣੋ। ਅੱਜ ਕੱਲ੍ਹ ਤਾਂ ਈ ਬੁੱਕਾਂ ਆ ਗਈਆਂ, ਸੁਣੋ ਕਿ ਕਿਵੇਂ ਕਾਮਯਾਬੀ ਹੋਈ, ਕਿਵੇਂ ਫੇਲੀਅਰ ਹੋਏ, ਐਡੇ ਐਡੇ ਫੇਲੀਅਰ ਹੋਏ, ਤੁਸੀਂ ਹੈਰਾਨ ਮੰਨ ਜਾਓਗੇ। ਥੋਮਸ ਐਡੀਸਨ ਬੜੀਆਂ ਕਾਢਾਂ ਕੱਢੀਆਂ, ਬੱਲਬ ਬੁੱਲਬ ਸਾਰੇ ਉਹਨੇ ਬਣਾਏ, 65 ਸਾਲ ਦੀ ਉਮਰ ਸੀ, ਫੈਕਟਰੀ ਨੂੰ ਅੱਗ ਲੱਗ ਗਈ, ਇੰਸ਼ੋਰੈਂਸ ਹੈ ਨਹੀਂ ਸੀ, ਸਾਰਾ ਸਟਾਫ ਰੋਈ ਜਾਵੇ ਵੀ ਸਭ ਕੁਛ ਤਬਾਹ ਹੋ ਗਿਆ, ਜ਼ਿੰਦਗੀ ਦਾ ਸਾਰਾ ਕੁਛ ਜੋ ਕਮਾਇਆ ਜਿਹੜਾ ਕੀਤਾ ਸੀ ਉਹ ਤਬਾਹ ਹੋ ਗਿਆ। ਤਾਂ ਜਦੋਂ ਅੱਗ ਬੁਝਣ ਲੱਗੀ ਤਾਂ ਥੋਮਸ ਐਡੀਸਨ ਹੱਥ ਮਾਰ ਕੇ ਕਹਿੰਦਾ, ਚਲੋ ਸ਼ੁਕਰ ਹੈ ਜ਼ਿੰਦਗੀ ਦੀਆਂ ਗਲਤੀਆਂ ਜਿਉਂਦੇ ਜੀ ਸੜ ਕੇ ਸਵਾਹ ਹੋ ਗਈਆਂ, ਆਓ ਕੰਮ ਸ਼ੁਰੂ ਕਰੀਏ। ਸਭ ਤੋਂ ਵੱਧ ਕਾਢਾਂ ਉਹਨੇ ਉਦੋਂ ਬਾਅਦ ਕੀਤੀਆਂ ਨੇ, ਸਭ ਤੋਂ ਵੱਧ, ਕਿਉਂਕਿ ਉਹਦੇ ਦਿਮਾਗ 'ਚ ਪਈਆਂ ਸੀ। ਉਹ ਤਾਂ ਇੱਥੋਂ ਦੇਖੋ, ਪਲਾਟ ਤੁਹਾਡਾ ਕੋਈ ਕਬਜ਼ਾ ਕਰ ਲੂਗਾ, ਜ਼ਮੀਨ ਤੁਹਾਨੂੰ ਵੇਚਣੀ ਪੈ ਸਕਦੀ ਹੈ ਕੋਈ ਹੋਰ ਦੀ ਹੋ ਜਾਊਗੀ, ਘਰ ਤੁਹਾਡਾ ਬਦਲ ਸਕਦਾ, ਪਰ ਜਿਹੜੀ ਐਜੂਕੇਸ਼ਨ ਇੱਥੇ ਪਈ ਹੈ ਤੁਹਾਡੇ ਗਿਆਨ, ਉਹਨੂੰ ਕੌਣ ਚੋਰੀ ਕਰ ਸਕਦਾ ਜੀ, ਉਹ ਤਾਂ ਤੁਹਾਡੇ ਨਾਲ ਹੀ ਜਾਊਗਾ। ਸੋ ਜਿੰਨਾ ਹੋ ਸਕਦਾ ਗਿਆਨ ਲਓ, ਜਿੰਨਾ ਸਿੱਖਿਆ ਤਾਂ ਕੋਈ ਅੰਤ ਹੀ ਨਹੀਂ ਹੁੰਦਾ ਸਿੱਖਿਆ ਦਾ, ਤਾਂ ਜਿੱਥੋਂ ਮਿਲਦੀ ਹੈ ਸਿੱਖਿਆ ਲਓ, ਬੱਚਾ ਵੀ ਕੋਈ ਸਿੱਖਿਆ ਦੇ ਸਕਦਾ। ਉਹ ਜਿਵੇਂ ਇੱਕ ਮਸ਼ਹੂਰ ਹੈ ਕਹਾਵਤ, ਇੱਕ ਕਾਂ ਨਾ ਆਪਣੇ ਬੱਚੇ ਨੂੰ ਸਿਖਾਉਣ ਲੱਗ ਗਿਆ, ਕਹਿੰਦਾ ਥੋੜ੍ਹਾ ਜਿਹਾ ਜਿਹੜਾ ਆਹ ਜਿਹੜੇ ਬੰਦੇ ਨੇ, ਕਹਿੰਦਾ ਬਹੁਤ ਤੇਜ਼ ਨੇ, ਕਹਿੰਦਾ ਇਹਨੂੰ ਤੋਂ ਬਚ ਕੇ ਰਹਿਣਾ। ਉਹ ਕਹਿੰਦਾ ਜੀ ਕਿਵੇਂ? ਕਹਿੰਦਾ ਜੇ ਤੁਰੇ ਜਾਂਦੇ ਹੋਣ ਇਹਨਾਂ ਮਤਲਬ ਧਿਆਨ ਰੱਖਣਾ, ਜੇ ਥੋੜ੍ਹਾ ਜਿਹਾ ਐਂ ਥੱਲੇ ਨੂੰ ਝੁਕਣ ਇਹਦਾ ਮਤਲਬ ਰੋੜਾ ਚੱਕ ਰਹੇ ਨੇ ਨਾਲ ਦੀ ਨਾ ਭਾਜੀ। ਉਹ ਕਹਿੰਦਾ ਜੀ ਜੇ ਪਹਿਲੇ ਹੀ ਰੋੜਾ ਹੱਥ 'ਚ ਹੋਵੇ ਫਿਰ? ਕਾਂ ਕਹਿੰਦਾ ਫਿਰ ਤੈਨੂੰ ਸਿਖਾਉਣ ਦੀ ਕੀ ਲੋੜ ਹੈ, ਹੁਣ ਫਿਰ ਤੂੰ ਤਾਂ ਪਹਿਲੇ ਹੀ ਸਿੱਖਿਆ ਹੋਇਆ, ਕਈ ਵਾਰੀ ਬੱਚੇ ਤੋਂ ਵੀ ਸਿੱਖਿਆ ਮਿਲ ਜਾਂਦੀ ਹੈ, ਠੀਕ ਹੈ ਨਾ। ਸੋ ਇਸ ਕਰਕੇ ਆਪਾਂ ਪੰਜਾਬੀ ਹਾਂ, ਆਪਾਂ ਨੂੰ ਗੁਰੂਆਂ ਦਾ, ਆਪਾਂ ਨੂੰ ਸ਼ਹੀਦਾਂ ਦਾ ਆਸਰਾ ਹੈ, ਲੜਾਈਆਂ ਲੜੀਆਂ ਹੋਈਆਂ ਨੇ, ਗਰੀਬਾਂ ਦੇ ਹੱਕ 'ਚ ਖੜ੍ਹੇ ਹੋਏ ਹਾਂ, ਗਰੀਬਾਂ ਦੇ ਮਜ਼ਲੂਮਾਂ ਦੇ ਹੱਕ 'ਚ ਲੜੇ ਹੋਏ ਹਾਂ, ਕੁਰਬਾਨੀਆਂ ਦਿੱਤੀਆਂ। ਕੋਈ ਮੈਨੂੰ ਲੱਗਦਾ ਕੋਈ ਪਿੰਡ ਹੋਣਾ ਹੀ ਨਹੀਂ ਜਿੱਥੇ ਕੋਈ ਸ਼ਹੀਦੀ ਗੇਟ ਨਾ ਬਣਿਆ ਹੋਵੇ, ਜਾਂ ਜਿਸ ਪਿੰਡ ਦਾ ਕੋਈ ਸ਼ਹੀਦ ਨਾ ਹੋਵੇ, ਭਾਵੇਂ ਉਹ ਕੂਕਾ ਲਹਿਰ 'ਚ, ਭਾਵੇਂ ਉਹ ਗਦਰੀ ਬਾਬਿਆਂ 'ਚ, ਭਾਵੇਂ ਉਹ ਬੱਬਰ ਅਕਾਲੀ ਲਹਿਰ ਹੋਵੇ, ਭਾਵੇਂ ਉਹ ਕਾਰਗਿਲ ਦੀ ਜੰਗ ਹੋਵੇ, ਭਾਵੇਂ ਜਿਹੜੀ ਮਰਜ਼ੀ, ਮਤਲਬ ਹਰੇਕ ਪਿੰਡ ਦਾ ਆਪਣੇ ਕੋਲ ਸ਼ਹੀਦ ਹੈਗੇ।
ਸਾਡਾ ਸਾਡੇ ਤਾਂ ਬਲੱਡ ਦੇ ਵਿੱਚ ਫਾਈਟ ਹੈ, ਅਸੀਂ ਕਿਉਂ ਚੱਲੀ ਜਾ ਇੱਥੋਂ ਛੱਡ ਕੇ ਭੱਜੀਏ? ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ, ਸ਼ਹੀਦ ਭਗਤ ਸਿੰਘ ਹੋਰਾਂ ਦੀ, ਊਧਮ ਸਿੰਘ ਹੋਰਾਂ ਦੀ, ਕਰਤਾਰ ਸਿੰਘ ਸਰਾਭੇ ਹੋਰਾਂ ਦੀ ਧਰਤੀ ਹੈ, ਕਿਉਂ ਛੱਡ ਕੇ ਭੱਜੀਏ ਵੀ ਆਪਾਂ? ਚਾਰ ਬੰਦੇ, ਦੋ ਚਾਰ ਬੰਦਿਆਂ ਵਾਸਤੇ ਬਸ? ਦੋ ਚਾਰ ਬੰਦੇ ਗਲਤ ਨਿਕਲੇ, ਦੋ ਬਾਦਲ ਕੇ ਨੇ ਪਿਓ ਪੁੱਤ, ਇੱਕ ਕੈਪਟਨ ਹੈ, ਇੱਕ ਕੈਪਟਨ ਦੇ, ਚਲੋ ਉਹਦੇ ਵੀ ਦੋ ਲਾ ਲਓ ਨਾਲ, ਹੋਰ ਤਿੰਨ ਚਾਰ ਬੰਦੇ ਨੇ ਬਸ, ਉਹਨਾਂ ਕਰਕੇ ਯਾਰ ਬਾਬਾ ਜਾਂਗੇ ਆਪਾਂ ਇੱਥੋਂ? ਆਪਾਂ ਉਹਨਾਂ ਨੂੰ ਹਟਾ ਦਿੰਦੇ ਜੋ ਡੈਮੋਕ੍ਰੇਸੀ ਹੈਗੀ ਆਪਣੇ ਕੋਲ, ਅਤੇ ਹੁਣ ਕਿੱਥੇ ਨੇ ਫਿਰ ਉਹ? ਹੁਣ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ, ਦੱਸੋ ਮੈਂ ਮੈਨੂੰ ਗਾਲਾਂ ਕੱਢਣ ਦਾ ਕੀ ਫਾਇਦਾ ਹੋਇਆ? ਇਹਦਾ ਕੰਮ ਲੋਕਾਂ ਨੇ ਕੀਤਾ, ਮੈਂ ਕੀਤਾ? ਮੈਂ ਤਾਂ ਜ਼ਰੀਆ ਬਣਿਆ, ਮੈਂ ਤਾਂ ਵੋਟਾਂ ਮੰਗੀਆਂ ਸੀ, ਪਾਈਆਂ ਤਾਂ ਲੋਕਾਂ ਨੇ ਨਾ, ਜਨਤਾ ਮਾਲਕ ਹੈ ਨਾ। ਸੋ ਇਹਨਾਂ ਦਾ ਹਾਲਤ ਦੇਖ ਲਓ ਤੁਸੀਂ, ਫਿਰ ਐਂ ਹੁੰਦੀ ਹੈ ਹਾਲਤ। ਜਦੋਂ ਤੁਸੀਂ ਅਸਲੀ ਮੁੱਦਿਆਂ ਤੋਂ ਭੱਜੋਗੇ, ਇੱਕ ਦਿਨ ਭੱਜ ਲਓਗੇ, ਦੋ ਦਿਨ ਭੱਜ ਲਓਗੇ, ਤਿੰਨ ਦਿਨ, ਪਰ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭੱਜਦੀ ਨਾ, ਕਿ ਕਿਸੇ ਨਾ ਕਿਸੇ ਦਿਨ ਤਾਂ ਫਿਰ ਸਾਹਮਣਾ ਕਰਨਾ ਪਊਗਾ ਅਸਲੀ ਮੁੱਦਿਆਂ ਦਾ। ਆਹ ਦੇਖ ਲਓ ਅਕਾਲੀ ਦਲ ਦਾ ਕੀ ਹਾਲ ਹੋਇਆ ਪਿਆ, ਜਿਹੜੇ ਕਹਿੰਦੇ ਰਾਜ ਕਰਾਂਗੇ 25 ਸਾਲ, ਅੱਜ 25 ਬੰਦੇ ਨਹੀਂ ਇਕੱਠੇ ਗਏ, 10 ਬੰਦੇ ਇੱਧਰ ਨੂੰ ਫਿਰਦੇ ਨੇ, 3-4 ਇੱਧਰ ਨੂੰ ਫਿਰਦੇ ਨੇ, ਕਿਉਂਕਿ ਅਸਲੀ ਮੁੱਦਿਆਂ ਤੋਂ ਭੱਜੇ ਨੇ ਇਹ। ਇਹਨਾਂ ਕੋਲ 10 ਸਾਲ ਤਾਂ ਲਗਾਤਾਰ ਸੀਗੇ, 7 ਤੋਂ 17 ਕੀ ਕੀਤਾ ਨੇ 10 ਸਾਲਾਂ 'ਚ? ਅਸਲੀ ਮੁੱਦਿਆਂ ਤੋਂ, ਲੋਕਾਂ ਦੇ ਮੁੱਦਿਆਂ ਤੋਂ ਭੱਜੇ ਨੇ, ਆਪਦਾ ਹੀ ਕੀਤਾ ਸਾਰਾ ਜਿੰਨਾ ਕੀਤਾ। ਆਹ ਦੁੱਖ ਹੈਗਾ ਮੈਨੂੰ, ਮੈਂ ਕੋਈ ਪੋਲੀਟੀਕਲ ਨਹੀਂ ਬੋਲ ਰਿਹਾ, ਮੈਂ ਵੀ ਦੁੱਖ 'ਚ ਹੀ ਬੋਲ ਰਿਹਾ। ਮੈਨੂੰ ਕੀ ਲੋੜ ਸੀਗੀ ਇਸ ਕੰਮ 'ਚ ਆਉਣ ਦੀ? ਰੋਜ਼ ਮੈਂ ਗਾਲਾਂ ਖਾਂਦਾ ਉਹਨਾਂ ਤੋਂ, ਕਦੇ ਕਦੇ ਬਾਜਵਾ ਗਾਲਾਂ ਕੱਢਣ ਲੱਗ ਜਾਂਦਾ, ਕਦੇ ਕੋਈ ਕੱਢਣ ਲੱਗ ਜਾਂਦਾ, ਹਾਂਜੀ ਮੇਰੇ ਪਰਿਵਾਰ ਬਾਰੇ ਬੋਲ, ਮੈਨੂੰ ਕੀ ਲੋੜ ਸੀ ਜੀ? ਮੈਂ ਤਾਂ ਬਹੁਤ ਵੱਡਾ ਕਲਾਕਾਰ ਸੀਗਾ, ਮੈਂ ਕਿਹੜਾ ਫੇਲ ਕਲਾਕਾਰ ਸੀਗਾ ਵੀ ਚਲੋ ਇੱਧਰੋਂ ਫੇਲ ਹੋ ਗਿਆ ਇੱਧਰ ਆ ਗਿਆ? ਮੈਂ ਤਾਂ ਕਰੋੜਾਂ ਰੁਪਏ ਫਿਲਮਾਂ 'ਚ ਕਮਾ ਲੈਂਦਾ, ਮੈਂ ਬੋਂਬੇ ਤੋਂ ਲਾਫਟਰ ਚੈਲੇਂਜਾਂ ਤੋਂ, ਆ ਜਿਹੜੇ ਫਿਲਮਾਂ 'ਚ ਕੰਮ ਕਰਦੇ ਸਾਰੇ ਆਪਣੀ ਟੀਮ ਹੈ, ਜਿਹੜੇ ਪੰਜਾਬੀ ਫਿਲਮਾਂ ਵਾਲੇ ਸਾਰੇ ਮੇਰੀ ਓ ਟੀਮ ਹੈ, ਮੈਨੂੰ ਵੀ ਲੋੜ ਸੀਗੀ। ਪਰ ਮੈਂ ਸਿਸਟਮ ਤੋਂ, ਮੈਂ ਕਿਹਾ ਯਾਰ ਜੇ ਨਹੀਂ ਬੋਲਾਂਗੇ ਫਿਰ ਗਲਤ ਹੋ ਜੂ ਕੰਮ, ਬੋਲਣਾ ਪਊਗਾ। ਪਰ ਕੈਸਟਾਂ ਸੀਡੀਆਂ ਰਾਹੀਂ ਬੋਲ ਕੇ ਗੱਲ ਚੱਲਣੀ ਨਹੀਂ, ਜੇ ਗਟਰ ਸਾਫ਼ ਕਰਨਾ ਹੋਵੇ ਤਾਂ ਗਟਰ ਦੇ ਵਿੱਚ ਵੜਨਾ ਪੈਂਦਾ, ਜੇ ਫਸਲ ਨੂੰ ਸੁੰਡੀ ਲੱਗ ਜੇ ਬਾਹਰੋਂ ਰੋੜੇ ਮਾਰ ਕੇ, ਬਾਹਰੋਂ ਰੌਲਾ ਪਾ ਕੇ ਸੁੰਡੀ ਨਹੀਂ ਹਟਦੀ, ਸਪਰੇਅ ਦੀ ਟੋਲੀ ਮੋਢੇ 'ਤੇ ਧਰ ਕੇ ਅੰਦਰ ਵੜ ਕੇ ਸਪਰੇਅ ਕਰਨੀ ਪੈਂਦੀ ਹੈ, ਤਾਂ ਫਿਰ ਸਿਸਟਮ ਠੀਕ ਹੋਊਗਾ। ਇਹ ਇਹਨਾਂ ਨੂੰ ਐਂ ਲੱਗਿਆ ਅਸੀਂ ਤਾਂ ਜਾਂਦੇ ਹੀ ਨਹੀਂ ਕਿਤੇ, ਹੁਣ ਬਾ 5 ਸਾਲ ਤੂੰ 5 ਸਾਲ ਮੈਂ, ਆਪਸ 'ਚ ਹੋ ਗਏ ਠੀਕ, ਤੂੰ ਜੇ ਮੈਂ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ, ਤੂੰ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹਿੰਦਾ, ਚਲੋ ਜੀ ਬਣ ਗਿਆ ਸੀ। ਇਹਨਾਂ ਨੂੰ ਕੀ ਪਤਾ ਸੀ ਵਿੱਚ ਮਹਿੰਦਰ ਮਾਠ ਦਾ ਮੁੰਡਾ ਵੀ ਫਸੂਗਾ, ਆਮ ਲੋਕ ਵੀ ਆਉਣਗੇ ਵਿੱਚ। ਆਖੂਡੀਆ ਸਾਹਿਬ ਬੈਠੇ, ਬੜਾ ਸਾਊ ਪਰਿਵਾਰ ਹੈ, ਮੁਕਤਸਰ ਦੇ ਲੋਕ ਇੱਧਰ ਇਲਾਕੇ ਦੇ ਲੋਕ ਜਾਣਦੇ ਹੋਣਗੇ, ਜੈਦਾ ਜਗਦੇਵ ਸਿੰਘ ਜੀ ਖੁੱਡੀਆਂ, ਇਹਨਾਂ ਦੇ ਪਿਤਾ ਜੀ ਆਜ਼ਾਦ MP ਬਣ ਗਏ ਸੀ, ਬਾਅਦ 'ਚ ਪਰਿਵਾਰ ਨਾਲ ਬਹੁਤ ਜ਼ੁਲਮ ਹੋਇਆ। ਦੇਖੋ ਕੁਦਰਤ, ਉਹਨਾਂ ਦੇ ਲਹਿਰਾਂ ਬਹਿਰਾਂ ਇੱਧਰ 70 ਵਿਛ ਗਏ, ਘਰ ਦੇ ਮੂਹਰ ਦੀ ਲੰਘਣਾ ਪੈਣਾ, ਕੋਈ ਲੰਬੀ ਕੋਲ ਪਿੰਡ ਹੈ ਖੁੱਡੀਆਂ, ਜੇ ਚੰਡੀਗੜ੍ਹ ਨੂੰ ਆਉਣਾ ਤਾਂ ਬਾਦਲ ਪਿੰਡ ਦੇ ਮੂਹਰ ਦੀ ਆਉਣਾ ਪੈਣਾ, ਉਹਦੇ ਘਰ ਦੇ ਮੂਹਰ ਦੀ ਲੰਘਣਾ ਪੈਣਾ, ਉੱਥੇ ਲਹਿਰਾਂ ਬਹਿਰਾਂ ਇੱਧਰ 70। ਚਲੋ ਰੱਬ ਦਾ ਭਾਣਾ ਮੰਨ ਲਿਆ, ਪਰ ਪਰਮਾਤਮਾ ਹੈ, ਕਦੇ ਨਾ ਕਦੇ ਤਾਂ ਫਿਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਅੱਜ ਹਾਲਾਤ ਇਹ ਹੋਏ ਨੇ। ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਆਖਰੀ ਇੱਕੋ ਇਲੈਕਸ਼ਨ ਹਾਰਿਆ, ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਆਇਆ ਬੰਦਾ, ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਮੈਂ ਵੀ ਫਿਰ ਉਹਨੂੰ ਖੇਤੀ ਮੰਤਰੀ ਬਣਾਇਆ। ਮੈਂ ਕਿਹਾ ਉਹਨਾਂ ਦੇ ਘਰ ਦੇ ਮੂਹਰ ਦੀ ਹੁੱਟ ਮਾਰ ਕੇ ਲੰਘਿਆ ਕਰ, ਹੁਣ ਵਿਆਹ ਜਾਂਦੇ ਹਾਂ। ਇਹਨਾਂ ਨੇ ਦੁਖੀ ਕੀਤਾ ਪਿਆ ਯਾਰ ਸਾਨੂੰ, ਇਹਨਾਂ ਨੇ ਸਾਡੇ ਨਾਲ ਮਜ਼ਾਕ ਕਰਦੇ ਰਹੇ ਹੈ।
ਸੋ ਇਹ ਅਸਲੀ ਮੁੱਦਿਆਂ ਤੋਂ ਭੱਜੇ ਹੈ ਅਕਾਲੀ ਦਲ ਵਾਲੇ, ਤਾਂ ਕਰਕੇ ਕੰਮ ਇਹਨਾਂ ਦਾ ਹੋਇਆ। ਇੱਕ ਨਾ ਕਿਸੇ ਇਹਨਾਂ ਨਾਲ ਅਕਾਲੀ ਦਲ ਨਾਲ ਉਹ ਹੋਈ ਹੈ, ਮੈਂ ਦੱਸਦਾ ਤੁਹਾਨੂੰ, ਇੱਕ ਕਿਸੇ ਘਰੇ ਨਾ ਬਿੱਲੀ ਆ ਗਈ, ਬਿੱਲੀ ਭਾਂਡੇ ਭੁੰਡੇ ਜੂਠੇ ਕਰ ਦਿਆ ਕਰੇ, ਦੁੱਧ ਪੀ ਜਿਆ ਕਰੇ। ਉਹਨਾਂ ਦੇ ਬੁੜੇ ਨੂੰ ਬਹੁਤ ਗੁੱਸਾ ਆਇਆ, ਕਹਿੰਦਾ ਮੈਂ ਬਿੱਲੀ ਨੂੰ ਬੋਰੀ 'ਚ ਪਾ ਕੇ ਦੂਰ ਛੱਡ ਕੇ ਆਉਣਾ। ਉਹਨੇ ਬਿੱਲੀ ਨੂੰ ਬੋਰੀ 'ਚ ਪਾਇਆ, ਦੂਰ ਛੱਡਤੀ, ਬੁੜਾ ਬਾਅਦ 'ਚ ਆਇਆ, ਬਿੱਲੀ ਪਹਿਲਾਂ ਆ ਗਈ ਘਰੇ। ਹੁਣ ਦੇਖ ਲਿਓ ਅਕਾਲੀ ਦਲ ਦਾ ਹਾਲ। ਅਗਲੇ ਦਿਨ ਫਿਰ ਗੁੱਸਾ ਆਇਆ ਉਹਨੂੰ ਬੁੜੇ ਨੂੰ, ਕਹਿੰਦਾ ਫਿਰ ਆ ਗਈ ਯਾਰ ਇਹ, ਇਹਨੂੰ ਕਹਿੰਦਾ ਬੋਰੀ 'ਚ ਪਾ ਕੇ ਮੈਂ ਹੋਰ ਦੂਰ ਛੱਡ ਕੇ ਆਉਣਾ। ਹੋਰ ਦੂਰ ਛੱਡ ਕੇ ਆਇਆ, ਉਹੀ ਗੱਲ ਫਿਰ ਹੋਈ, ਬੁੜਾ ਬਾਅਦ 'ਚ ਆਇਆ, ਬਿੱਲੀ ਫਿਰ ਘਰੇ ਆ ਗਈ ਪਹਿਲਾਂ। ਉਹ ਕਹਿੰਦਾ ਅੱਛਾ, ਇਹ ਹੁਣ ਮੇਰੇ ਸਬਰ ਦਾ ਧਿਆਨ ਲੈਂਦੀ ਹੈ। ਇਹਨੂੰ ਕਹਿੰਦਾ ਹੁਣ ਬੋਰੀ 'ਚ ਪਾ ਕੇ ਨਾ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਣਾ, ਬਹੁਤ ਜ਼ਿਆਦਾ ਦੂਰ ਛੱਡਿਆ। ਛੱਡ ਕੇ ਉੱਥੋਂ ਇੱਕ ਘੰਟੇ ਬਾਅਦ ਆਪਦੇ ਘਰੇ ਆਪਦੇ ਮੁੰਡੇ ਨੂੰ ਫੋਨ ਕੀਤਾ ਬੁੜੇ ਨੇ, ਕਹਿੰਦੇ ਪੁੱਤ ਬਿੱਲੀ ਪਹੁੰਚ ਗਈ ਘਰੇ। ਉਹ ਕਹਿੰਦਾ ਬਾਪੂ ਉਹ ਤਾਂ ਅੱਧਾ ਘੰਟਾ ਹੋ ਗਿਆ ਪਹੁੰਚੀ ਨੂੰ। ਕਹਿੰਦਾ ਪੁੱਤ ਫਿਰ ਬਿੱਲੀ ਨੂੰ ਭੇਜ ਦੇ, ਮੈਂ ਘਰ ਭੁੱਲਿਆ ਫਿਰਦਾ ਯਾਰ। ਆਹ ਹਾਲਤ ਹੈ ਅਕਾਲੀ ਦਲ ਦੀ, ਇਹ ਅਸਲੀ ਮੁੱਦਿਆਂ ਨੂੰ ਬੋਰੀ 'ਚ ਪਾ ਕੇ ਛੱਡ ਕੇ ਆਉਂਦੇ ਰਹੇ, ਮੁੱਦੇ ਵਾਪਸ ਇੱਥੇ ਹੀ ਆਉਂਦੇ ਰਹੇ, ਹੁਣ ਆਪਦਾ ਆਪ ਘਰ ਭੁੱਲੇ ਫਿਰਦੇ ਨੇ ਹੁਣ ਕਿ ਜਾਈਏ ਕਿੱਧਰ ਨੂੰ। ਆਹ ਹਾਲਤ ਹੈ ਇਹਨਾਂ ਦੀ। ਫਿਰ ਕਹਿੰਦੇ ਨੇ ਬੋਲਦਾ ਜੀ, ਮੈਂ ਹੁਣ ਕੀ ਕਰਾਂ, ਮੈਂ ਬੋਲਣ ਲੱਗ। ਸੋ ਇਹ ਇੱਦਾਂ ਕਬੂਤਰ ਦੀਆਂ ਅੱਖਾਂ ਮੀਚੜਨਾ, ਬਿੱਲੀਆਂ ਭੱਜਦੀਆਂ ਨਹੀਂ। ਮੁੱਦਿਆਂ ਦਾ ਸਾਹਮਣਾ ਕਰਾਂਗੇ, ਸਟਰਗਲਰ ਹਾਂ। ਆਪਣੇ ਬਜ਼ੁਰਗਾਂ ਨੂੰ ਦੋ ਦੋ ਵਾਰੀ ਲੜਨਾ ਪਿਆ, ਜਦੋਂ ਇੱਧਰੋਂ ਮੁਗਲ ਲੁੱਟਣ ਆਉਂਦੇ ਸੀ ਦਿੱਲੀ ਨੂੰ, ਇੱਕ ਵਾਰੀ ਜਾਂਦੇ ਹੋਏ ਦਿੱਲੀ ਨੂੰ ਉਦੋਂ ਲੜਦੇ ਸੀ ਸਾਡੇ ਬਜ਼ੁਰਗ, ਇੱਕ ਵਾਰੀ ਜਦੋਂ ਲੁੱਟ ਕੇ ਵਾਪਸ ਆਉਂਦੇ ਸੀ ਉਦੋਂ ਲੜਦੇ ਸੀ। ਦੋ ਦੋ ਵਾਰੀ ਲੜਨਾ ਪੈਂਦਾ ਸਾਡੇ ਬਜ਼ੁਰਗਾਂ ਨੂੰ। ਆ ਜਾਂਦਾ ਸੀ ਆ ਜਿਹੜਾ ਜਿਹਨੂੰ ਆਪਾਂ ਸ਼ੇਰ ਸ਼ਾਹ ਸੂਰੀ ਮਾਰਗ ਕਹਿੰਦੇ ਹਾਂ ਨਾ, ਇਹੀ ਸੀ ਸਾਰਾ ਲਾਹੌਰ ਅੰਮ੍ਰਿਤਸਰ। ਤਾਂ ਸਾਡੇ ਤਾਂ ਬਲੱਡ 'ਚ ਫਾਈਟ ਹੈ ਯਾਰ। ਇਹਨਾਂ ਦਾ ਨਾ ਤਾਂ ਕੋਈ ਗੱਲ ਹੈ ਇਹਨਾਂ ਕੋਲ, ਨਾ ਕੋਈ ਮੁੱਦਾ ਹੈ। ਭਗਵੰਤ ਮਾਨ, ਭਗਵੰਤ ਮਾਨ, ਬਸ ਹੋਰ ਕੋਈ ਮੁੱਦਾ ਨਹੀਂ। ਲੈ ਹੁਣ ਆ ਜਮਾਂ ਨਹੀਂ ਦੱਸਦੇ ਆ ਗੱਲ ਵੀ ਅਸੀਂ 44,666 ਨੌਕਰੀ ਦਿੱਤੀਆਂ, ਕਦੇ ਨਹੀਂ ਗੱਲ ਕਰਦੇ ਵੀ ਅਸੀਂ ਬਿਜਲੀ ਦੇ ਬਿੱਲ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ, ਕਦੇ ਨਹੀਂ ਗੱਲ ਕਰਦੇ ਵੀ ਅਸੀਂ 1 ਕਰੋੜ ਰੁਪਈਆ ਸ਼ਹੀਦਾਂ ਦੇ ਜਾਂ ਪੁਲਿਸ ਵਾਲਿਆਂ ਦੇ ਪਰਿਵਾਰ ਦੇ ਸਨਮਾਨ ਵਾਸਤੇ ਦਿੰਦੇ ਹਾਂ ਜੇ ਕੋਈ ਸ਼ਹੀਦ ਹੋ ਜੇ, ਕਦੇ ਨਹੀਂ ਗੱਲ ਕਰਦੇ ਵੀ ਅਸੀਂ ਘਰ ਘਰ ਰਾਸ਼ਨ ਕਾਰਡ ਜਿਹੜਾ ਉਹ ਰਾਸ਼ਨ ਪਹੁੰਚਾਉਣ ਵਾਸਤੇ ਸਕੀਮ ਸ਼ੁਰੂ ਕੀਤੀ, ਕਦੇ ਨਹੀਂ ਗੱਲ ਕਰਦੇ। ਆਉਣ ਵਾਲੇ ਦਿਨਾਂ 'ਚ ਹੋਰ ਵੱਡੇ ਫੈਸਲੇ ਕਰਨ, ਕਦੇ ਨਹੀਂ ਗੱਲ ਕਰਦੇ। ਬਸ ਭਗਵੰਤ ਮਾਨ ਹੈ, ਭਗਵੰਤ ਮਾਨ ਹੈ, ਭਗਵੰਤ ਮਾਨ ਹੈ, ਕਿਉਂ ਆ ਗਿਆ ਇਹ ਇੱਥੇ, ਕਿਉਂ ਆ ਗਿਆ ਇਹ, ਕਿ ਬਸ ਆਹੀ ਪੰਗਾ ਕਿਉਂ ਆ ਗਿਆ ਇਹ। ਇਹਨਾਂ ਨੂੰ ਇਹ ਸੀਗਾ ਕਿ ਇੱਥੇ ਸਾਡੇ ਧੀਆਂ ਪੋਤੀ ਬਹਿੰਦੇ ਹੁੰਦੇ ਨੇ, ਕੀ ਗੱਲ ਬਈ, ਇਹਨਾਂ ਨੇ ਠੇਕਾ ਲਿਆ ਉਹਨਾਂ ਕੁਰਸੀਆਂ ਦਾ। ਡੈਮੋਕ੍ਰੇਸੀ ਹੈ, ਤੁਸੀਂ ਆ ਜਾਓ, ਤੁਸੀਂ ਜਿੱਤ ਲਓ, ਤੁਹਾਡੀਆਂ ਕਰਤੂਤਾਂ ਕਰਕੇ ਤੁਹਾਨੂੰ ਵੋਟਾਂ ਨਹੀਂ ਪਾਉਂਦੇ ਲੋਕ। ਕੀ ਕੁਛ ਹੋਇਆ ਇੱਥੇ ਪੰਜਾਬ 'ਚ ਦੇਖੋ, ਆ ਹੁਣ ਜਾ ਕੇ ਉੱਥੇ ਹਰ ਰੋਜ਼ ਉੱਥੇ ਅਕਾਲ ਤਖਤ ਸਾਹਿਬ 'ਤੇ ਜਾ ਕੇ ਮਾਫ਼ੀ ਮੰਗਣ ਚਲੇ ਜਾਂਦੇ ਨੇ, ਨਾ ਇਹ ਦੱਸਦੇ ਨੇ ਕੀ ਕਰਨਾ ਹੈ ਜੀ, ਕਿ ਮਾਫ਼ੀ ਮੰਗਣਾ ਹੈ ਕਾਹਦੀ ਜੀ, ਗਲਤੀਆਂ ਦੀ, ਕਿਹੜੀਆਂ ਗਲਤੀਆਂ ਜੀ, ਪਤਾ ਨਹੀਂ ਜੀ, ਕਰਨ ਕੀ ਆਏ ਹੋ, ਮਾਫ਼ੀ ਮੰਗਣਾ ਹੈ ਜੀ, ਕਾਹਦੀ ਜੀ, ਗਲਤੀਆਂ ਜੀ। ਉਹ ਇੱਕ ਬੰਦੇ ਨੂੰ ਪੁਲਿਸ ਪੁੱਛ ਗਿੱਛ ਕਰ ਰਹੀ ਸੀ, ਕਹਿੰਦਾ ਹਾਂ ਬਈ ਕਸੂਰ ਕੀ ਹੈ ਤੇਰਾ, ਕਹਿੰਦਾ ਮੈਂ ਕਤਲ ਕੀਤਾ ਜੀ। ਅੱਛਾ ਕਤਲ ਤੈਂ ਕੀਤਾ, ਕਹਿੰਦਾ ਹਾਂ ਮੈਂ ਕੀਤਾ ਜੀ। ਕਹਿੰਦਾ ਲਾਸ਼ ਕਿੱਥੇ ਹੈ, ਕਹਿੰਦਾ ਮੈਂ ਅੱਗ ਲਾ ਕੇ ਫੂਕਤੀ ਜੀ। ਕਹਿੰਦਾ ਚੱਲ ਜਿੱਥੇ ਫੂਕੀ ਉੱਥੇ ਲੈ ਕੇ ਚੱਲ, ਕਹਿੰਦਾ ਉਹ ਟਰੈਕਟਰ ਨਾਲ ਵਾਹਤਾ ਜੀ ਉਸ ਸਮਾਂ, ਕਹਿੰਦਾ ਚੱਲ ਟਰੈਕਟਰ ਨਾਲ ਵਾਹਿਆ ਹੋਇਆ ਦਿਖਾ ਉੱਥੇ ਜਗ੍ਹਾ, ਕਹਿੰਦੇ ਉਹਦਾ ਉੱਤੇ ਇੱਟਾਂ ਲਾਤੀਆਂ ਸੀ, ਕਹਿੰਦਾ ਚੱਲ ਇੱਟਾਂ ਦਿਖਾ, ਕਹਿੰਦੇ ਉਹਦਾ ਉੱਤੇ ਛੱਤ ਪਾ ਕੇ ਘਰ ਪਾਤਾ ਸੀਗਾ ਜੀ, ਕਹਿੰਦਾ ਚੱਲ ਛੱਤ ਦਿਖਾ, ਕਹਿੰਦਾ ਜਿਹੜਾ ਪਿਛਲੇ ਭੁਚਾਲ ਆਇਆ ਸੀ ਉਹ 'ਚ ਛੱਤ ਢਹਿ ਗਈ ਸੀਗੀ ਜੀ। ਉਹ ਕਹਿੰਦਾ ਚੱਲ ਮਲਬਾ ਦਿਖਾ, ਕਹਿੰਦਾ ਉਹ ਤਾਂ ਗੁਆਂਢੀਆਂ ਨੂੰ ਵੇਚਤਾ ਸੀਗਾ ਜੀ।
ਚੱਲ ਗੁਆਂਢੀ ਨੂੰ ਮਿਲਾ, ਕਹਿੰਦਾ ਉਹਦਾ ਤਾਂ ਕਤਲ ਹੋ ਗਿਆ ਜੀ। ਕਹਿੰਦਾ ਕਤਲ ਕੀ ਨਹੀਂ ਕੀਤਾ? ਕਹਿੰਦਾ ਮੈਂ ਕੀਤਾ ਜੀ। ਉਹ ਕਹਿੰਦਾ ਫੇਰ ਉੱਥੇ ਆ ਗਿਆ ਯਾਰ ਤੂੰ, ਫੇਰ ਉੱਥੇ ਆ ਗਿਆ। ਅਸੀਂ ਐਸੀ ਗਲਤੀਆਂ ਹੋ ਗਈਆਂ ਜੀ, ਕਿਹੜੀਆਂ ਜੀ ਪਤਾ ਨਹੀਂ ਜੀ, ਕੀ ਕਰਨਾ ਜੀ, ਮਾਫ਼ੀ ਮੰਗਣਾ ਆਇਆ ਜੀ। ਕਾਹਦੀ ਜੀ? ਗਲਤੀਆਂ ਦੀ ਆਇਆ ਜੀ, ਗਲਤੀਆਂ ਇਹ ਨਹੀਂ ਪਤਾ ਜੀ। ਆਹ ਹਾਲ ਰੱਬ ਦੇਖਦਾ, ਆਪੇ ਦੇਖਦਾ, ਨਾ ਕਿਸੁੰਨ ਮਾਰਦਾ ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਮੱਤ ਮਾਰਦਾ, ਮੱਤ ਵੱਜੀ ਪਰਮਾਤਮਾ ਦੇਖਦਾ। ਉਹਦੀ ਕਚਹਿਰੀ 'ਚੋਂ ਕੋਈ ਬਰੀ ਨਹੀਂ ਹੁੰਦਾ। ਇੱਥੇ ਕਚਹਿਰੀਆਂ 'ਚ ਤੁਸੀਂ ਵਕੀਲ ਮਹਿੰਗੇ ਕਰ ਲਓਗੇ, ਗਵਾਹਾਂ ਨੂੰ ਵੀ ਮੁਕਰਾ ਸਕਦੇ ਹੋ ਜੇ ਪੈਸੇ ਨੇ ਭਾਈ ਤੁਹਾਡੇ ਕੋਲ, ਤੁਸੀਂ ਕੇਸ ਵੀ ਉਲਝਾ ਸਕਦੇ ਹੋ, ਪਰ ਜਿਹੜੀ ਰੱਬ ਦੀ ਕਚਹਿਰੀ ਹੈ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ, ਕਿਸੇ ਨੇ ਤੇਰੀ ਜਾਤ ਪੁੱਛਣੀ। ਸੋ ਉੱਥੇ ਅਮਲਾਂ ਦੇ ਨਵੇੜੇ ਹੋਣਗੇ, ਚੰਗੇ ਕਰ ਜਾਓਗੇ ਤਾਂ ਤੁਹਾਡਾ ਨਿਬੇੜਾ ਹੱਕ 'ਚ ਹੋ ਜਾਊਗਾ, ਨਹੀਂ ਚਲੋ ਤਾਂ ਉੱਥੇ ਦੋ ਚੁੱਕ ਉੱਥੇ ਵੀ ਪਏ ਨੇ ਫਿਰ। ਸੋ ਇਸ ਕਰਕੇ ਚੰਗੇ ਕੰਮ ਕਰਨੀ ਹੈ, ਜਾ ਕੇ ਇਮਾਨਦਾਰੀ ਨਾਲ ਮਿਹਨਤ ਕਰਨੀ ਹੈ। ਅਤੇ ਮੈਂ ਤਾਂ ਆਪਣੇ ਮੈਨੂੰ ਪੱਤਰਕਾਰ ਕਹਿਣ ਲੱਗ ਗਏ, ਕਹਿੰਦੇ ਵੀ ਇੱਕ ਟੀ ਵੀ 'ਤੇ ਇੰਟਰਵਿਊ ਚੱਲਦੀ ਸੀ ਵੀ ਮੈਨੂੰ ਕਹਿੰਦੇ ਵੀ ਰੈਪਿਡ ਫਾਇਰ ਰਾਊਂਡ ਹੈ ਸਾਡਾ, ਵੀ ਅਸੀਂ ਨਾਮ ਲਵਾਂਗੇ ਕਿਸੇ ਲੀਡਰ ਦਾ, ਉਸੇ ਵੇਲੇ ਤੁਸੀਂ ਉਹਦੇ ਬਾਰੇ ਕੁਛ ਬੋਲਣਾ, ਚਾਹੇ ਕੋਈ ਸ਼ੇਅਰ ਬੋਲ ਦਿਓ ਜਾਂ ਜੋ ਤੁਹਾਡੇ ਦਿਮਾਗ 'ਚ ਆਉਂਦਾ। ਮੈਂ ਚਲੋ ਬੋਲ ਲਓ, ਲੈ ਲਓ ਨਾ। ਕਹਿੰਦੇ ਸੁਖਬੀਰ ਬਾਦਲ, ਮੈਂ ਕਿਹਾ ਜੀ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹੇ ਨੇ, ਨਾ ਪੰਜਾਬੀ ਲਿਖਣੀ ਆਉਂਦੀ ਹੈ, ਨਾ ਪੰਜਾਬੀ ਪੜ੍ਹਨੀ ਆਉਂਦੀ ਹੈ, ਨਾ ਬੋਲਣੀ ਆਉਂਦੀ ਹੈ, ਪੰਜਾਬ ਦਾ ਵਾਰਸ ਬਣਨਾ ਚਾਹੁੰਦੇ ਨੇ, ਜੋ ਕਿ ਹੋ ਨਹੀਂ ਸਕਦਾ। ਕਹਿੰਦੀ ਕੈਪਟਨ ਅਮਰਿੰਦਰ ਸਿੰਘ, ਮੈਂ ਕਿਹਾ ਜੀ ਮਹਿਲਾਂ ਵਾਲੇ ਨੇ, ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ, ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ, ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਸੀ, ਜਦੋਂ ਅਕਾਲੀਆਂ ਦਾ ਰਾਜ ਸੀ ਅਕਾਲੀਆਂ ਨਾਲ ਸੀ, ਜਦੋਂ ਭਾਜਪਾ ਦਾ ਰਾਜ ਹੈ ਹੁਣ ਭਾਜਪਾ ਨਾਲ ਨੇ ਜੀ, ਲੋਕਾਂ ਨਾਲ ਤਾਂ ਕਦੇ ਹੋਏ ਨਹੀਂ ਜੀ। ਕਹਿੰਦੇ ਜੀ ਨਰਿੰਦਰ ਮੋਦੀ, ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਜੋੜ ਕੇ ਕਿਤੋਂ ਵੀ ਲਾ ਕੇ ਪੈਂਚਰ ਕਿਤੇ ਵੀ ਪੱਚ ਲਾ ਕੇ ਕਿਤੇ ਵੀ ਗੱਲ ਕਹਿ ਸਕਦਾ, ਅਤੇ ਨਾਲੇ ਕਹਿੰਦਾ ਮੈਂ ਗਰੰਟੀ ਦਿੰਦਾ। ਉਹ ਕਹਿੰਦੇ ਵੀ ਮਤਲਬ ਥੋੜ੍ਹਾ ਉਦਾਹਰਣ ਦਿਓ। ਮੈਂ ਕਿਹਾ ਜੀ ਉਹ ਚੰਦਰਯਾਨ ਦੀ ਲਾਂਚਿੰਗ 'ਤੇ ਚਲਾ ਗਿਆ ਇਸਰੋ, ਉਹ ਇਸਰੋ ਨੇ ਕੀਤਾ ਨਾ, ਇਸਰੋ ਨੇ ਚੰਦਰਯਾਨ ਦਾ ਲਾਂਚ ਕਰਨਾ ਸੀ, ਪ੍ਰਧਾਨ ਮੰਤਰੀ ਚਲੇ ਗਿਆ ਉੱਥੇ, ਮੈਂ ਵੀ ਦੇਖਣ ਲੱਗ ਗਿਆ, ਲਾਈਵ ਚੱਲ ਰਿਹਾ ਸੀ, ਪ੍ਰਧਾਨ ਮੰਤਰੀ ਮੋਦੀ ਜੀ ਕਹਿ ਰਹੇ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ। ਮੈਂ ਕਿਹਾ 8ਵੀਂ ਦਾ ਸਰਟੀਫਿਕੇਟ ਤਾਂ ਆਉਂਦਾ ਨਹੀਂ, ਇਹ ਇਸਰੋ 'ਚ ਕਿੱਧਰ ਫਿਰਦਾ ਹੈ? ਇਸਰੋ ਤਾਂ ਪੜ੍ਹੇ ਲਿਖੇ ਬੰਦਿਆਂ ਦਾ ਕੰਮ ਹੈ ਯਾਰ, ਸਾਇੰਟਿਸਟਾਂ ਦਾ, ਅਤੇ ਇਹ ਕਿੱਧਰ ਫਿਰਦਾ ਇਸਰੋ 'ਚ, ਇਹ ਕਿਵੇਂ ਨਾਤਾ ਜੋੜੂਗਾ ਹੁਣ? ਜੋੜਿਆ ਬਹੁਤ ਕਮਾਲ ਦਾ ਫਿਰ ਉਹਨੇ। ਕਹਿੰਦਾ ਮੈਂ ਜਬ ਪੜ੍ਹਤਾ ਥਾ ਸਕੂਲ ਮੈਂ, ਤੀਸਰੀ ਚੌਥੀ ਕਲਾਸ ਮੈਂ ਪੜ੍ਹਤਾ ਥਾ, ਪੜ੍ਹਾਈ ਮੈਂ ਮੇਰਾ ਹੱਥ ਤੰਗ ਥਾ, ਇਸ ਲਈ ਹਰ ਇੱਕ ਟੀਚਰ ਮੁਝੇ ਬੋਲਤਾ ਥਾ ਆਤੇ ਹੀ ਤੂੰ ਇਸਰੋ ਮੈਂ ਬੈਠ, ਅਬ ਇਸਰੋ ਮੈਂ ਬੈਠ, ਅਬ ਇਸਰੋ ਮੈਂ, ਅਬ ਇਸਰੋ ਮੈਂ, ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ। ਮੈਂ ਕਿਹਾ ਯਾਰ ਕਮਾਲ ਹੈ ਯਾਰ, ਕਿੱਧਰ ਨੂੰ ਜਾਊਗਾ ਮੁਲਕ ਹੋਏ, ਮੈਂ ਕਿਹਾ ਇਹੋ ਜਿਹਾ ਆ ਗਏ ਮੂਹਰੇ। ਕਹਿੰਦੇ ਜੀ ਅਰਵਿੰਦ ਕੇਜਰੀਵਾਲ, ਮੈਂ ਕਿਹਾ ਜੀ ਭਗਤ ਸਿੰਘ ਦਾ ਸ਼ੇਰ ਸੁਣਾਊਂਗਾ ਕਿ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ, ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ। ਸਭ ਤੋਂ ਔਖਾ ਸਵਾਲ ਉਹਨਾਂ ਨੇ ਪੁੱਛਿਆ, ਕਹਿੰਦੇ ਭਗਵੰਤ ਮਾਨ ਆਪਦੇ ਬਾਰੇ ਦੱਸ। ਹੁਣ ਮੈਂ ਆਪਦੇ ਬਾਰੇ ਕੀ ਬੋਲਾਂ, ਪਰ ਮੈਂ ਕਿਹਾ ਚਲੋ ਬੋਲ ਦਿੰਦਾ, ਮੈਂ ਆਪਦੇ ਬਾਰੇ ਤਾਂ ਮੈਂ ਇੰਨੇ ਕਹਿਣਾ ਚਾਹੂੰਗਾ, ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ, ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ, ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ ਬੱਲੇ ਬੱਲੇ। ਸੋ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ। ਲੋਕੋ ਕੋ ਅਕਸਰ ਕਹਿਤੇ ਸੁਣਾ ਹੈ ਜਿੰਦਾ ਰਹੇ ਤੋ ਫਿਰ ਮਿਲੇਂਗੇ, ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਂਗੇ। ਤੋ ਪੜ੍ਹਦੇ ਰਹੋ, ਨੌਕਰੀਆਂ ਤਰੱਕੀਆਂ ਕਰਦੇ ਰਹੋ, ਤੁਹਾਡੇ ਪਰਿਵਾਰਾਂ ਨੂੰ ਬਾਹਰ ਵੀ ਬੈਠੇ ਨੇ ਜਾਂ ਇਸ ਵਕਤ ਟੀ ਵੀ 'ਤੇ ਸੁਣ ਰਹੇ ਹੋਣਗੇ, ਸਾਰੇ ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੇ ਤੁਹਾਡੀ ਇਸ ਮਿਹਨਤ ਦੇ ਵਿੱਚ ਇਸ ਪੜ੍ਹਾਈ ਦੇ ਵਿੱਚ ਹਿੱਸਾ ਪਾਇਆ, ਯੋਗਦਾਨ ਪਾਇਆ, ਕਿਸੇ ਕਿਸਮ ਦਾ ਵੀ ਪਾਇਆ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਅਤੇ ਮੁਬਾਰਕਾਂ। ਧੰਨਵਾਦ।